ਦੋਸਤੋ ਇੱਕ ਇਸ ਵੇਲੇ ਖਾਸ ਖਬਰਦਾਰ ਰੁਖ ਕਰ ਲੈਨੇ ਆ ਜਿੱਥੇ ਕਿ ਖਬਰ ਜੁੜੀ ਹੋਈ ਹੈ ਜੀ ਸਿੱਧੂ ਮੂਸੇਵਾਲੇ ਦੇ ਨਾਲ ਸਿੱਧੂ ਮੂਸੇਵਾਲੇ ਦੇ ਹਮਸ਼ਕਲ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਸਿੱਧੂ ਮੂਸੇਵਾਲੇ ਦੇ ਹਮਸ਼ਕਲ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਵੇਖਣ ਨੂੰ ਮਿਲ ਰਹੀਆਂ ਨੇ ਜਿਸ ਤਰ੍ਹਾਂ ਕਿ ਮਨਿੰਦਰ ਦੇ ਬਾਰੇ ਗੱਲ ਕਰੀਏ ਤਾਂ ਜਿਹੜਾ ਮਨਿੰਦਰ ਨਾਮ ਦਾ ਵਿਅਕਤੀ ਐ ਜੋ ਕਿ ਸਿੱਧੂ ਮੂਸੇਵਾਲੇ ਦਾ ਹਮ ਸ਼ਕਲ ਹੈ ਉਸ ਦੇ ਬਾਰੇ ਕੁਝ ਖਾਸ ਗੱਲਾਂ ਵੇਖਣ ਨੂੰ ਮਿਲ ਰਹੀਆਂ ਨੇ ਸੋ ਸਿੱਧੂ ਮੂਸੇਵਾਲੇ ਦੇ ਹਮ ਸ਼ਕਲ ਦੇ ਬਾਰੇ ਇੱਕ ਖਾਸ ਚੀਜ਼ ਜਿਹੜੀ ਐ ਉਹ ਸਾਹਮਣੇ ਆ ਰਹੀ ਐ ਜਿੱਥੇ ਕਿ ਹਮ ਸ਼ਕਲ ਕਈ ਤਰ੍ਹਾਂ ਦੇ ਨੇ ਹਮ ਸ਼ਕਲ ਦੇ ਬਾਰੇ ਕੁਝ ਖਾਸ ਗੱਲਾਂ ਵੇਖਣ ਨੂੰ ਮਿਲੀਆਂ ਨੇ ਸਿੱਧੂ ਮੂਸੇਵਾਲੇ ਦੇ ਹਮ ਸ਼ਕਲ ਨੂੰ ਫੋਨ ਲਗਾ ਕੇ ਜਦੋਂ ਇੰਟਰਵਿਊ ਦੌਰਾਨ ਪੱਤਰਕਾਰ ਨੇ ਵੱਡੇ ਰਾਜ ਖੋਲੇ ਨੇ ਵੱਡੇ ਕਾਰਨਾਮੇ ਉਹਦੇ ਵੇਖਣ ਨੂੰ ਮਿਲੇ ਨੇ ਸੁਣਨ ਨੂੰ ਮਿਲੇ ਨੇ ਕੈਪਟਨ ਅਮਰਿੰਦਰ ਸਿੰਘ ਦਾ ਨਕਲੀ ਪੀਏ ਬਣ ਕੇ ਲੋਕਾਂ ਤੋਂ ਪੈਸੇ ਠੱਗਦਾ ਰਿਹਾ ਹੈ ਵੱਡੇ ਵੱਡੇ ਅਫਸਰਾਂ ਦੀਆਂ ਬਦਲੀਆਂ ਕਰਵਾਉਣ ਦੇ ਲਈ ਮੋਟੀ ਰਕਮ ਉਹਨਾਂ ਤੋਂ ਐਂਟ ਦਾ ਰਿਹਾ ਹੈ ਮਨਿੰਦਰ ਜੋ ਕਿ ਹੁਣ ਸਿੱਧੂ ਮੂਸੇਵਾਲੇ ਦਾ ਡੁਪਲੀਕੇਟ ਅਖਵਾ ਕੇ ਫੇਮ ਲੈਣਾ ਚਾਹੁੰਦਾ ਏ ਜ਼ੀਰਕਪੁਰ ਦਾ ਰਹਿਣ ਵਾਲਾ ਇਹ ਨੌਜਵਾਨ ਸਿੱਧੂ ਮੂਸੇਵਾਲੇ ਨੂੰ ਆਪਣਾ ਹਮ ਸ਼ਕਲ ਦੱਸਦਾ ਤੇ ਸਿੱਧੂ ਮੂਸੇਵਾਲੇ ਦੇ ਨਾਮ ਤੇ ਫੇਮ ਖੱਟ ਰਿਹਾ ਤੇ ਚੰਗੇ ਚੋਖੇ ਪੈਸੇ ਕਮਾਉਣ ਦੀ ਝਾਕ ਦੇ ਵਿੱਚ ਲੱਗਦਾ ਪਿਆ ਏ ਇਹ ਨੌਜਵਾਨ ਦਾ ਪਰਦਾ ਫਾਸ਼ ਹੋ ਚੁੱਕਿਆ ਤੇ ਪੁਰਾਣੇ ਕੇਸ ਜੋ ਇਹਦੇ ਤੇ ਨੇ ਉਹ ਵੀ ਸਾਹਮਣੇ ਸਾਫ਼ ਹੋ ਚੁੱਕੇ ਨੇ ਪੁਲਿਸ ਦੇ ਵਿੱਚੋਂ ਕੱਢਿਆ ਹੋਇਆ ਇਹ ਨੌਜਵਾਨ ਐਸਐਸਪੀ ਨੇ ਪੂਰੀ ਜਾਣਕਾਰੀ ਇਹਦੇ ਬਾਰੇ ਸਾਂਝੀ ਕੀਤੀ ਹੈ ਪੂਰੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਨੇ ਦਾਵਾ ਕੀਤਾ ਹੈ ਕਿ ਇਹ ਨੌਜਵਾਨ ਕਦੇ ਵੀ ਸੁਧਰ ਨਹੀਂ ਸਕਦਾ ਪਹਿਲਾਂ ਵੀ ਅਜਿਹਿਆਂ ਜੋ ਕਟਨਾਵਾ ਨੇ ਉਹਨਾਂ ਦੇ ਵਿੱਚ ਨਾਮ ਇਸ ਦਾ ਜੁੜਿਆ ਰਹੇ ਹੈ ਨਕਲੀ ਨੰਬਰ ਪਲੇਟਾਂ ਫਰਜੀ ਰਜਿਸਟ੍ਰੇਸ਼ਨ ਔਰ ਆਪਣੇ ਸਟicker ਬਣਾ ਕੇ ਵੰਡਣੇ ਜਾਂ ਫਿਰ ਸੋਸ਼ਲ ਮੀਡੀਆ ਤੇ ਪੈਸੇ ਐਂਟਣੇ ਲੋਕਾਂ ਤੋਂ ਇਹਦਾ ਪੁਰਾਣਾ ਪੇਸ਼ਾ ਰਿਹਾ ਤੇ ਲੋਕਾਂ ਨੇ ਇਹਦੀ ਸੱਚਾਈ ਜਾਣਨ ਤੋਂ ਬਾਅਦ ਇਹਨਾਂ ਨੂੰ ਬਹੁਤ ਸਾਰਾ ਜਿਵੇਂ ਕਿ ਮਾਣ ਵੀ ਬਖਸ਼ਿਆ ਏ ਮਾਣ ਦੀ ਗੱਲ ਕਰੀਏ ਤਾਂ ਲੋਕਾਂ ਨੇ ਬਹੁਤ ਸਾਰੀਆਂ ਗਾਲਾਂ ਕੱਢੀਆਂ ਤੇ ਅੱਜ ਲੋਕ ਲਾਣ ਤਾਂ ਪਾਉਂਦੇ ਪਏ ਨੇ ਸੋ ਮਨਿੰਦਰ ਨੂੰ ਜਿੱਥੇ ਕਿ ਪਿਛਲੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਮੂੰਹ ਬੋਲੀ ਭੈਣ ਸਿੱਧੂ ਦਾ ਭੁਲੇਖਾ ਪੈਂਦੇ ਹੋਏ ਸਿੱਧੂ ਨੂੰ ਯਾਦ ਕਰਦੇ ਹਾਂ ਰਖੜੀ ਬੰਨਦੀ ਹੋਈ ਦਿਖਾਈ ਦਿੱਤੀ ਸੀ ਅਫਸਾਨਾ ਖਾਨ ਤੇ ਲੋਕਾਂ ਨੇ ਅਫਸਾਨਾ ਖਾਨ ਤੇ ਵੀ ਉਂਗਲਾਂ ਉਠਾ ਦਿੱਤੀਆਂ ਨੇ ਅਫਸਾਨਾ ਖਾਨ ਨੂੰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਸੁਣਾ ਦਿੱਤੀਆਂ ਨੇ ਜੋ ਕਿ ਅੱਜ ਸਾਨੂੰ ਬਹੁਤ ਜ਼ਿਆਦਾ ਸਿੱਖਣ ਦੀ ਲੋੜ ਹੈ ਤੇ ਜਿੱਥੇ ਕਿ ਸ਼ੈਰੀ ਰਿਆੜ ਨੇ ਬਹੁਤ ਸਾਰੇ ਖੁਲਾਸੇ ਕੀਤੇ ਨੇ ਸ਼ੈਰੀ ਰਿਆੜ ਦਾ ਮੰਨਣਾ ਹੈ ਕਿ ਸਿੱਧੂ ਦੇ ਡੁਪਲੀਕੇਟ ਜਾਨੀ ਕਿ ਮਨਿੰਦਰ ਨੂੰ ਰਖੜੀ ਨਹੀਂ ਸੀ ਬਨਣੀ ਚਾਹੀਦੀ ਮਨਿੰਦਰ ਨੂੰ ਅਗਰ ਰਖੜੀ ਬਨ ਦਿੱਤੀ ਹੈ ਤਾਂ ਫਿਰ ਯਾਦ ਰੱਖਣਾ ਚਾਹੀਦਾ ਹੈ ਕਿ ਮਨਿੰਦਰ ਸਿੱਧੂ ਮੂਸੇਵਾਲਾ ਨਹੀਂ ਬਣ ਸਕਦਾ ਤੇ ਮਨਿੰਦਰ ਨੂੰ ਗੱਲਾਂ ਕਹੀਆਂ ਕਿ ਤੂੰ ਸਿੱਧੂ ਦੀ ਥਾਂ ਨਹੀਂ ਲੈ ਸਕਦਾ ਸਿੱਧੂ ਮੂਸੇਵਾਲਾ ਦਾ ਹਮ ਸ਼ਕਲ ਬਣ ਕੇ ਤੂੰ ਬਹੁਤ ਵੱਡੀ ਗੇਮ ਪਾ ਰਿਹਾ ਹੈ ਸਿੱਧੂ ਮੂਸੇਵਾਲਾ ਦਾ ਹਮ ਸ਼ਕਲ ਕਹਿ ਕਹਿ ਕੇ ਲੋਕਾਂ ਤੋਂ ਫੇਮ ਖਾਟ ਰਹੇ ਹੈ ਜਿਵੇਂ ਜਿਵੇਂ ਇਹਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਤੇ ਲੋਕ ਇਸ ਦੀ ਸਚਾਈ ਤੋਂ ਵੀ ਜਾਣੂ ਹੋ ਜਾਂਦੇ ਨੇ ਕਿ ਪਿਛਲਾ ਬੈਕਗਰਾਉਂਡ ਇਸ ਦਾ ਕੀ ਰਿਹਾ ਹੈ ਜਿਨ੍ਹਾਂ ਦੇ ਤਹਿਤ ਲੋਕਾਂ ਦੇ ਨਾਲ ਠੱਗੀਆਂ ਤੇ ਕਾਨੂੰਨੇ ਅਪਰਾਧ ਜਿਹੜੇ ਨੇ ਉਹ ਕੀਤੇ ਗਏ ਨੇ ਸੋ ਇਹਨਾਂ ਚੀਜ਼ਾਂ ਦੇ ਤਹਿਤ ਮਨਿੰਦਰ ਨੂੰ ਅੱਜ ਲਾਣਤਾ ਪੈ ਰਹੀਆਂ ਨੇ ਸਿੱਧੂ ਮੂਸੇਵਾਲੇ ਦਾ ਨਾਮ ਵਰਤ ਕੇ ਅੱਗੇ ਆਉਣ ਦੀ ਤੋਂ ਵੀ ਵਰਜ ਦਿੱਤਾ ਗਿਆ ਏ ਸਿੱਧੂ ਦੇ ਮਾਪਿਆਂ ਨੂੰ ਮਿਲਣ ਤੋਂ ਵੀ ਵਰਜ ਦਿੱਤਾ ਗਿਆ ਏ ਤੇ ਇਹ ਕਿਹਾ ਗਿਆ ਏ ਕਿ ਤੂੰ ਅਜਿਹਾ ਨਹੀਂ ਕਰਨਾ ਜਿੱਤੇ ਕਿ ਸਿੱਧੂ ਵਾਂਗੂ ਦੇਖਣ ਵਾਲਾ ਕੱਦ ਕਾਠੀ ਦਾ ਇਹ ਨੌਜਵਾਨ ਕੈਪਟਨ ਅਮਰਿੰਦਰ ਸਿੰਘ ਦਾ ਨਕਲੀ ਪੀਏ ਬਣ ਕੇ ਲੋਕਾਂ ਨੂੰ ਫੋਨ ਕਰਦਾ ਤੇ ਉਹਨਾਂ ਤੋਂ ਪੈਸੇ ਵੀ ਐਂਡ ਦਾ ਸੀ ਉਸ ਮਾਮਲੇ ਵਿੱਚ ਵੀ ਨਾਮ ਦਰਜ ਹੋਇਆ ਹੋਇਆ ਮਨਿੰਦਰ ਦਾਸ ਸੋ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਏ ਚਿੰਤਾ ਦਾ ਵਿਸ਼ਾ ਇਸ ਕਰਕੇ ਹੈ ਕਿਉਂਕਿ ਬਹੁਤ ਸਾਰੀਆਂ ਜਿਵੇਂ ਕਿ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਨੇ ਲੋਕਾਂ ਦਾ ਵਿਸ਼ਵਾਸ ਟੁੱਟਿਆ ਜਿਨ੍ਹਾਂ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਉਹਨਾਂ ਹੀ ਵਿਸ਼ਵਾਸ ਦਾ ਕਤਲ ਹੋਇਆ ਇਥੇ ਜਾਪਦਾ ਏ ਸੋ ਗੱਲ ਕਰੀਏ ਇਸ ਵਕਤ ਖਾਸ ਖਬਰਾਂ ਦੀ ਭਾਜਪਾ ਦੇ ਪੈਟਰਨ ਤੇ ਅਕਾਲੀ ਦਲ ਪਾਰਟੀ ਦੀ ਮਜ਼ਬੂਤੀ ਲਈ ਸੁਖਬੀਰ ਬਾਦਲ ਨੇ ਆਪਣਾ ਤੋੜ ਕੱਢ ਲਿਆ ਏ ਕਿਸੇ ਸਮੇਂ 9 ਮਾਸ ਦਾ ਰਿਸ਼ਤਾ ਕਿਹਾ ਜਾਣ ਵਾਲਾ ਅਕਾਲੀ ਦਲ ਅਤੇ ਭਾਜਪਾ ਦਾ ਗੱਠ ਜੋੜ ਭਾਵੇਂ ਪੂਰੀ ਤਰ੍ਹਾਂ ਟੁੱਟ ਚੁੱਕਿਆ ਏ ਪਰ ਅਕਾਲੀ ਦਲ ਲਈ ਸੁਖਬੀਰ ਸਿੰਘ ਬਾਦਲ ਨੇ ਨਾ ਨਾ ਸਿਰਫ ਭਾਜਪਾ ਦਾ तरीका ਅਪਣਾਇਆ ਅਤੇ ਸਗੋਂ ਭਾਜਪਾ ਵੱਲੋਂ ਵਾਰ-ਵਾਰ ਪਰ ਵਾਰ ਵਾਰ ਦਾ ਮੁੱਦਾ ਚੁੱਕਣ ਦਾ ਬਦਲ ਵੀ ਲੱਭ ਲਿਆਏ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਅਕਾਲੀ ਦਲ ਦੇ ਪ੍ਰਧਾਨ ਨੇ ਉਹੀ ਰਣਨੀਤੀ ਅਪਣਾਈ ਹੈ ਜਿਹੜੀ ਭਾਜਪਾ ਨੇ ਅਪਣਾਈ ਸੀ ਭਾਜਪਾ ਯੂ ਬੂਥ ਪੱਧਰ ਤੇ ਆਪਣੀ ਪਾਰਟੀ ਦਾ ਵਿਸਥਾਰ ਕਰ ਰਹੀ ਹੈ ਅਕਾਲੀ ਦਲ ਵੀ ਹੁਣ ਇਸੇ ਪੈਟਰਨ ਨੂੰ ਲਾਗੂ ਕਰ ਰਹੀ ਹੈ ਦਿਲਚਸਪ ਗੱਲ ਇਹ ਹੈ ਕਿ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਦੇ ਪਰਿਵਾਰ ਵਾਰ ਦੇ ਕਲੰਕ ਨੂੰ ਧੋਣ ਲਈ ਵੀ ਇੱਕ ਕਦਮ ਵਧਾ ਦਿੱਤਾ ਗਿਆ ਹੈ ਅਕਾਲੀ ਦਲ ਨੇ ਇੱਕ ਪਰਿਵਾਰ ਤੋਂ ਇੱਕ ਟਿਕਟ ਦਾ ਫਾਰਮੂਲਾ ਅਪਣਾਇਆ ਹੈ ਇਸ ਨੂੰ ਸੁਖਬੀਰ ਬਾਦਲ ਵੱਲੋਂ ਭਾਜਪਾ ਨੂੰ ਦਿੱਤੇ ਗਏ ਜਵਾਬ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ ਕਿਉਂਕਿ ਭਾਜਪਾ ਹਰ ਮੰਚ ਤੋਂ ਸਿਆਸੀ ਪਾਰਟੀਆਂ ਵਿੱਚ ਪਰਿਵਾਰਵਾਦ ਮੁੱਦਾ ਚੱਕਦੀ ਰਹਿੰਦੀ ਹੈ ਭਾਜਪਾ ਦੇ ਇਸ ਮੁੱਦੇ ਤੋਂ ਅਕਾਲੀ ਦਲ ਸਭ ਤੋਂ ਵੱਧ ਅਸਹਿਜ ਸੀ ਦਰਸਲ ਬਾਦਲ ਪਰਿਵਾਰ ਚੋਣਾਂ ਵਿੱਚ ਸਭ ਤੋਂ ਜ਼ਿਆਦਾ ਹਾਵੀ ਰਹਿੰਦਾ ਹੈ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਟਿਕਟ ਤੇ ਚਾਰ ਪਰਿਵਾਰਾਂ ਪਿਓ ਪੁੱਤਰ ਨੇ ਚੋਣਾਂ ਲੜੀਆਂ ਸਨ ਅਕਾਲੀ ਦਲ ਵਿੱਚ ਪਰਿਵਾਰ ਵਾਰ ਦੀ ਫੌਜ ਹੋਣ ਕਾਰਨ ਪਾਰਟੀ ਨੂੰ ਕਾਫੀ ਨੁਕਸਾਨ ਵੀ ਚੱਲਣਾ ਪੈ ਰਿਹਾ ਏ। ਇਹੀ ਕਾਰਨ ਹੈ ਕਿ 1 2 102 ਸਾਲ ਪੁਰਾਣੇ ਅਕਾਲੀ ਦਲ ਨੇ ਪਹਿਲੀ ਵਾਰ ਪਰਿਵਾਰਵਾਦ ਦਾ ਕਲੰਕ ਧੋਣ ਲਈ ਇੱਕ ਚੋਣ ਇੱਕ ਟਿਕਟ ਦਾ ਫਾਰਮੂਲਾ ਅਪਣਾਇਆ ਏ। ਉੱਥੇ ਹੀ ਬੂਥ ਪੱਧਰ ਤੋਂ ਪਾਰਟੀ ਦੀ ਸ਼ੁਰੂਆਤ ਦਾ ਫਾਰਮੂਲਾ ਆਪਣਾ ਆਪਣਾ ਕੇ ਸੁਖਬੀਰ ਨੇ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਖੜਾ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕਿਆ ਹੈ ਕਿਉਂਕਿ ਭਾਜਪਾ ਵੀ ਆਪਣੀ ਜਥੇਬੰਦੀ ਦੀ ਸ਼ੁਰੂਆਤ ਬੂਥ ਤੋਂ ਕਰਦੀ ਹੈ ਅਤੇ ਬੂਥ ਪ੍ਰਧਾਨ ਬਣਾਉਣ ਲਈ ਚੋਣਾਂ ਹੁੰਦੀਆਂ ਨੇ ਹੁਣ ਅਕਾਲੀ ਦਲ ਵੀ ਉਹੀ ਪੈਟਰਨ ਅਪਣਾਏਗਾ ਸੁਖਬੀਰ ਬਾਦਲ ਨੇ ਭਾਵੇਂ ਅਕਾਲੀ ਦਲ ਨੂੰ ਕਿਸੇ ਵੀ ਜਾਇਦਾਦ ਨਾ ਹੋਣ ਦਾ ਦਾਵਾ ਕੀਤਾ ਹੈ ਪਾਰਤ ਜਾਣਕਾਰ ਕਹਿੰਦੇ ਨੇ ਕਿ ਲਗਾਤਾਰ ਦੋ ਵਾਰ ਪ੍ਰਧਾਨ ਬਣਨ ਦੀ ਪਾਲਿਸੀ ਲਾਗੂ ਕਰਕੇ ਸੁਖਬੀਰ ਨੇ ਆਪਣੀ ਪ੍ਰਧਾਨਗੀ ਨੂੰ ਸੁਰੱਖਿਅਤ ਕਰਨ ਦਾ ਯਤਨ ਕੀਤਾ ਹੈ। ਉਹਨਾਂ ਦੀ ਪ੍ਰਧਾਨਗੀ ਦਾ ਲਗਭਗ ਡੇਢ ਸਾਲ ਦਾ ਸਮਾਂ ਹੈ 2024 ਵਿੱਚ ਲੋਕ ਸਭਾ ਚੋਣਾਂ ਨੂੰ ਛੱਡ ਦਿੱਤਾ ਜਾਵੇਗਾ ਤਾਂ ਵਿਧਾਨ ਸਭਾ ਦੀਆਂ ਚੋਣਾਂ 2027 ਵਿੱਚ ਹੋਣੀਆਂ ਹਨ। ਤੇ ਵਿਧਾਨ ਸਭਾ ਦੀਆਂ ਚੋਣਾਂ 2027 ਵਿੱਚ ਹੋਣਗੀਆਂ ਅਜੇ ਵਿੱਚ ਸੁਖਬੀਰ ਬਾਦਲ ਸਾਹਿਬ ਜਿਵੇਂ ਕਿ ਸਨਮਾਨਜਨਕ ਇੱਕ ਟਰਨ ਲਈ ਪ੍ਰਧਾਨਗੀ ਦੇ ਅਹੁਦੇ ਤੋਂ ਬ੍ਰੇਕ ਲੈ ਸਕਦੇ ਨੇ ਇਹ ਗੱਲ ਸਾਫ਼ ਕਹੀ ਜਾ ਰਹੀ ਹੈ ਸੁਖਬੀਰ ਬਾਦਲ ਜਿਵੇਂ ਕਿ ਪ੍ਰਧਾਨਗੀ ਛੱਡ ਨਹੀਂ ਰਹੇ ਤੇ ਕੋਰ ਕਮੇਟੀ ਬਣਾਉਣਾ ਹੋਰ ਲਗਾਤਾਰ ਅਜਿਹੇ ਮੁੱਦੇ ਉਹਨਾਂ ਦੀ ਮੰਗ ਇਹੋ ਹੀ ਹੈ ਕਿ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਜਾਵੇ ਸੁਖਬੀਰ ਬਾਦਲ ਉਲਾਂਬੇ ਹੋ ਜਾਣ ਤਾ ਪਾਰਟੀ ਨੂੰ ਨਵੇਂ ਪ੍ਰਧਾਨ ਨਵੇਂ ਜੋਸ਼ ਤੇ ਨਵੇਂ ਹੋਸ਼ ਦੀ ਲੋੜ ਹੈ ਜਿਸ ਦੀ ਅਗਵਾਈ ਵਿੱਚ ਆਉਂਦੀਆਂ ਚੋਣਾਂ ਲੜੀਆਂ ਜਾਣ ਤੇ ਚੋਣਾਂ ਦੇ ਵਿੱਚ ਜਿੱਤ ਜਿਹੜੀ ਹੈ ਉਹ ਦਰਜ ਕੀਤੀ ਜਾ ਸਕੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ